हेलो स्टूडेंट्स, असी कर रहे हैं क्लास 10th चैप्टर साडा फर्स्ट रियल नंबर्स और वास्तविक संख्यावां जिस दी एक्सरसाइज चल रही साडी 1.4। सो जिस दा फर्स्ट क्वेश्चन असी कंप्लीट कर चुके हां अते क्वेश्चन है साडा सेकंड। फर्स्ट क्वेश्चन दे विच असी ए वेख्या कि केड़ियां फ्रैक्शन साडे को या केड़ियां अनुपात साडे को टर्मिनेटिंग हुंदे ने ते केड़े नॉन टर्मिनेटिंग हुंदे हन ते उहनां नूं असी विदाउट डिवीजन मैथड दे नाल चैक कीता सी, जिस दे लई मैथड साडा की सी कि असी डिनोमिनेटर जां हर दे जिहड़े ਆਪਾਂ ਅੱਜ ਗੁਣਨ ਖੰਡ ਹੁੰਦੇ ਸੀ ਜਾਂ ਪ੍ਰਾਈਮ ਫੈਕਟਰ ਸੀ ਉਹ 2 5 2 × 5 ਐਨ ਦੀ ਪਾਵਰ ਦੇ ਵਿੱਚ ਆਉਂਦੇ ਹਨ ਜਾਂ ਨਹੀਂ। ਜੇਕਰ ਆਉਂਦੇ ਹਨ ਤਾਂ ਉਹ ਸਾਡੇ ਕੋਲ ਟਰਮੀਨੇਟਿੰਗ ਸੀ ਅਤੇ ਜੇਕਰ ਨਹੀਂ ਤਾਂ ਉਹ ਸਾਡੇ ਕੋਲ ਨੋਨ ਟਰਮੀਨੇਟਿੰਗ ਸੀ। ਸੋ ਹੁਣ ਕੁਐਸਚਨ ਸੈਕਿੰਡ 'ਚ ਸਾਨੂੰ ਕੀ ਕਿਹਾ ਗਿਆ ਹੈ ਕਿ ਸਵਾਲ 1 ਵਿੱਚੋਂ ਸ਼ਾਂਤ ਅਵਿਰਤੀ ਵਾਲੇ ਸਵਾਲਾਂ ਦਾ ਦਸ਼ਮਲਵ ਪ੍ਰਸਾਰ ਪਤਾ ਕਰੋ। ਸੋ ਡੈਸੀਮਲ ਐਕਸਪੈਂਸ਼ਨ ਪੁਆਇੰਟ ਕਾਨੂੰ ਕਿਹਾ ਕਿਹਨਾਂ ਦੀ ਜਿਨ੍ਹਾਂ ਦੀ ਸ਼ਾਂਤ ਅਵਿਰਤੀ ਸੀ। ਸੋ ਅਸੀਂ ਕੁਐਸਚਨ ਆਪਣੇ ਉਸ ਦੇ ਕੁਝ ਪਾਰਟਸ ਜਿਹੜੇ ਫਸਟ ਤੇ ਉਹ ਲਿਖ ਲਏ ਹਨ ਜਿਹੜੇ ਸਾਡੇ ਕੋਲ ਸ਼ਾਂਤ ਅਵਿਰਤੀ 'ਚ ਆਨਸਰ ਦੇ ਰਹੇ ਸੀ ਟਰਮੀਨੇਟਿੰਗ 'ਚ ਆਨਸਰ ਜਿਹੜਾ ਉਹ ਦੇ ਰਹੇ ਸੀਗੇ। ਸੋ ਫਸਟ ਹੈ ਸਾਡੇ ਕੋਲ ਫਸਟ ਕੁਐਸਚਨ ਹੀ ਸੀਗਾ ਸਾਡਾ ਫਸਟ ਕੁਐਸਚਨ ਦਾ ਫਸਟ ਪਾਰਟ ਸੀ 13/3125। ਸੋ ਇਹ ਸਾਡੇ ਕੋਲ ਟਰਮੀਨੇਟਿੰਗ ਸੀ, ਇਸ ਦੀ ਹੁਣ ਡੈਸੀਮਲ ਐਕਸਪੈਂਸ਼ਨ ਫਾਈਂਡ ਕਰਨੀ ਹੈ ਉਹ ਅਸੀਂ ਆਪਣਾ ਡਿਵੀਜ਼ਨ ਮੈਥਡ ਹੀ ਲਗਾਵਾਂਗੇ ਜਿਸ ਦੇ ਲਈ ਸਾਡੇ ਕੋਲ 13 ਆ ਜਾਏਗਾ ਡਿਵੀਡੈਂਟ ਹੋ ਜਾਏਗਾ ਅਤੇ ਇਹ ਸਾਡੇ ਕੋਲ ਸਾਡਾ ਡਿਵਾਈਜ਼ਰ ਹੋ ਜਾਏਗਾ। ਸੋ ਭਾਜ ਅਤੇ ਭਾਜ 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 ਡਿਵੀਡੈਂਟ ਡਿਵਾਈਜ਼ਰ। ਸੋ ਹੁਣ ਦੇਖੋ ਵੈਲਿਊ ਜਿਹੜੀ 3125 ਹੈ 13 ਤੋਂ ਬਹੁਤ ਹੀ ਜ਼ਿਆਦਾ ਵੱਡੀ ਹੈ। ਸੋ ਸਭ ਤੋਂ ਪਹਿਲਾਂ ਅਸੀਂ ਇੱਥੇ 0 ਐਡ ਕਰਾਂਗੇ। ਸੋ ਜਦੋਂ 0 ਐਡ ਕਰਦੇ ਤਾਂ 0 ਪੁਆਇੰਟ ਲੱਗ ਗਿਆ ਸਾਡਾ, ਸਟਾਰਟਿੰਗ 'ਚ 0 ਤੁਸੀਂ ਲਗਾਓ ਜਾਂ ਨਾ ਲਗਾਓ ਪਰ ਪੁਆਇੰਟ ਜ਼ਰੂਰ ਲਗਾਉਣਾ ਹੈ ਅਸੀਂ, ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ ਹੈ। ਸੋ ਅਜੇ ਵੀ ਜਿਹੜੀ ਵੈਲਿਊ ਹੈ ਸਾਡੇ ਕੋਲ ਬਹੁਤ ਛੋਟੀ ਹੈ। ਸੋ ਇੱਥੇ ਅਸੀਂ ਸੋਲਵ ਕਰਦੇ ਹਾਂ 3125 0 ਟਾਈਮਸ ਜਾਏਗਾ ਸਾਡੇ ਕੋਲ 0 ਤਾਂ ਸਾਡੇ ਕੋਲ 130 ਹੀ ਰਹਿ ਗਿਆ। ਫਿਰ ਅਸੀਂ 1 0 ਜਿਹੜੀ ਹੈ ਉਹ ਹੋਰ ਐਡ ਕਰਦੇ ਹਾਂ, ਐਡ ਹੋਈ 1300। ਸੋ ਅਜੇ ਵੀ ਜਿਹੜਾ ਆਨਸਰ ਹੈ ਸਾਡਾ ਉਹ ਜਿਹੜਾ ਨਹੀਂ ਬਣੇਗਾ, 3125 ਹਜੇ ਵੀ 1300 ਤੋਂ ਵੱਡਾ ਹੈ। ਸੋ ਡਿਵੀਜ਼ਨ ਉਦੋਂ ਹੀ ਪੋਸੀਬਲ ਹੋਣੀ ਹੈ ਜਦੋਂ ਜੋ ਵੀ ਵੈਲਿਊ ਤੁਹਾਡੇ ਕੋਲ ਇੱਧਰ ਆ ਰਹੀ ਹੈ ਨੀਚੇ ਰਿਮਾਈਂਡਰ ਦੇ ਵਿੱਚ ਉਹ ਸਾਡੇ ਡਿਵਾਈਜ਼ਰ ਤੋਂ ਜਿਹੜੀ ਕਿ ਵੱਡੀ ਹੋਵੇ। ਇਟ ਮੀਨਸ ਕਿ ਰਿਮਾਈਂਡਰ ਜਿਹੜਾ ਹੈ ਉਹ ਡਿਵਾਈਜ਼ਰ ਤੋਂ ਵੱਡਾ ਜਾਂ ਉਸਦੇ ਇਕੁਅਲ ਹੋਣਾ ਚਾਹੀਦਾ ਹੈ, ਫਿਰ ਸਾਡੀ ਜਿਹੜੀ ਡਿਵੀਜ਼ਨ ਹੈ ਪੋਸੀਬਲ ਹੁੰਦੀ ਹੈ। ਤਾਂ ਇਹ ਸਾਨੂੰ ਕਿੱਥੋਂ ਪਤਾ ਲੱਗਦਾ ਹੈ, ਯੂਕਲਿਡ ਦੀ ਡਿਵੀਜ਼ਨ ਜਿਹੜਾ ਐਲਗੋਰਿਥਮ ਸੀ ਅਸੀਂ ਇਸਦੇ 1.1 ਐਕਸਰਸਾਈਜ਼ ਦੇ ਵਿੱਚ ਜਿਹੜਾ ਕਨਸੈਪਟ ਕੀਤਾ ਸੀ। ਸੋ ਫਿਰ 0 ਟਾਈਮਸ ਜਾਏਗਾ ਸਾਡੇ ਕੋਲ 0, ਇੱਥੇ ਆ ਗਿਆ ਸਾਡੇ ਕੋਲ 1300, ਫਿਰ 1 0 ਅਸੀਂ ਜਿਹੜੀ ਉਹ ਐਡ ਕਰਦੇ ਹਾਂ, ਹੁਣ ਆਉਂਦਾ ਸਾਡਾ 13000। ਸੋ 30000 ਹੁਣ ਵੈਲਿਊ ਇਸ ਤੋਂ ਵੱਡੀ ਹੋ ਗਈ, ਆਰ ਇਜ਼ ਗ੍ਰੇਟਰ ਦੈਨ ਡਿਵਾਈਜ਼ਰ। ਸੋ ਬਾਕੀ ਜਿਹੜਾ ਹੈ ਭਾਜਕ ਤੋਂ ਵੱਡਾ ਹੋ ਗਿਆ। ਹੁਣ ਅਸੀਂ 3125 ਦਾ ਟੇਬਲ ਲਿਖਦੇ ਹਾਂ ਸਭ ਤੋਂ ਪਹਿਲਾਂ ਤਾਂ, ਠੀਕ ਆ, 3125। ਸੋ 2 ਟਾਈਮਸ ਜਾਏਗਾ ਸਾਡੇ ਕੋਲ ਕਿੰਨਾ ਆ ਜਾਏਗਾ, 6000, 6250। ਸੋ 3 ਟਾਈਮਸ ਸਾਡੇ ਕੋਲ ਆ ਗਿਆ 9375। ਸੋ 4 ਟਾਈਮਸ ਸਾਡੇ ਕੋਲ ਆ ਗਿਆ 10 10 12500 ਆ ਗਿਆ। ਸੋ ਇਸ ਤੋਂ ਬਾਅਦ ਅੱਗੇ ਫਿਰ ਲਿਖ ਲੈਂਦੇ ਹਾਂ ਅਸੀਂ 3125 ਫਿਰ ਸਾਡੇ ਕੋਲ ਆ ਜਾਏਗਾ 3125 5 ਟਾਈਮਸ 1 15625 ਅਗੇਨ ਸਾਡੇ ਕੋਲ ਆ ਜਾਏਗਾ 18750। ਸੋ ਇਹ ਸਾਡੇ ਕੋਲ 1 ਟਾਈਮਸ, ਇਹ ਸਾਡੇ ਕੋਲ 2 ਟਾਈਮਸ, ਇਹ 3 ਟਾਈਮਸ, ਇਹ 4 ਟਾਈਮਸ, ਇਹ 5 ਟਾਈਮਸ ਔਰ ਇਹ 6 ਟਾਈਮਸ। ਹੁਣ ਵੈਲਿਊ ਦੇਖੋ 13000। ਸੋ 1 2 3 4 4 ਟਾਈਮ ਤੇ ਸਾਡੇ ਕੋਲ ਆ 12500। ਸੋ ਉਸ ਤੋਂ ਬਾਅਦ 5th ਤੇ ਸਾਡੇ ਕੋਲ ਇਸ ਤੋਂ ਵੈਲਿਊ ਜ਼ਿਆਦਾ ਹੋ ਜਾਂਦੀ ਹੈ, ਸੋ ਵੈਲਿਊ ਇਸ ਤੋਂ ਘੱਟ ਆਏਗੀ ਚਾਹੇ ਇਸ ਦੇ ਬਰਾਬਰ ਆ ਸਕਦੀ ਹੈ। ਸੋ ਸਾਡੇ ਕੋਲ 4 ਟਾਈਮਸ ਆਇਆ 1 2 5 0 0। ਕਲੀਅਰ, ਹੁਣ ਅਸੀਂ ਇਸਦਾ ਸਬਟਰੈਕਟ ਕਰਦੇ ਹਾਂ 0 0। ਸੋ ਇੱਧਰ ਆਏਗਾ 2, ਸਾਡੇ ਕੋਲ ਇੱਧਰ ਆਣਗੇ 10। ਸੋ 10 ਚੋਂ 5 5, ਸੋ 2 ਚੋਂ 2 0 1 ਚੋਂ 1 0। ਸੋ 500 ਆ ਗਿਆ ਸਾਡੇ ਕੋਲ। ਸੋ 500 ਫਿਰ ਸਾਡੇ 3125 ਤੋਂ ਛੋਟਾ ਹੈ। ਸੋ ਅਗੇਨ ਵੀ ਟੇਕ 0, ਐਡ 0 ਕਰਦੇ ਹਾਂ, 5000 ਆ ਗਿਆ ਸਾਡਾ। ਹੁਣ 5000 ਇਸ ਤੋਂ ਵੱਡਾ ਹੋ ਗਿਆ ਤਾਂ ਸਾਡੇ ਕੋਲ 1 ਟਾਈਮਸ ਆ ਗਿਆ 3 1 2 5। ਸੋ ਫਿਰ ਸਾਡੇ ਕੋਲ 10 ਚੋਂ 5 5, ਇੱਧਰ 9 ਚੋਂ 2 7, ਸੋ 9 ਚੋਂ 1 8, ਸੋ 4 ਚੋਂ 3 1, ਕਿਉਂਕਿ ਇੱਧਰ ਸਾਡੇ ਕੋਲ 4 ਆ ਜਾਏਗਾ, ਇੱਧਰ ਕੈਰੀ ਜਾਏਗਾ 9, ਫਿਰ ਸਾਡੇ ਕੋਲ ਇੱਥੇ 9 ਬਣ ਜਾਏਗਾ, ਇੱਥੇ ਸਾਡੇ ਕੋਲ 10 ਰਹਿ ਜਾਏਗਾ, ਠੀਕ ਹੈ। ਸੋ 1875 ਇਸ ਤੋਂ ਛੋਟਾ ਹੋ ਗਈ ਵੈਲਿਊ। ਸੋ ਇਸ ਦੇ ਨਾਲ ਫਿਰ ਜਿਹੜੀ ਕਿ ਅਸੀਂ 0 ਹੈ ਇੱਕ ਐਡ ਕਰਦੇ ਹਾਂ। ਸੋ 0 ਐਡ ਹੋਈ, ਸਾਡੇ ਕੋਲ ਵੈਲਿਊ ਹੋ ਗਈ 18750।
ਸੋ 1 2 3 4 5 6 6 ਟਾਈਮ ਤੇ ਸਾਡੇ ਕੋ ਆ ਰਿਹਾ 18750 ਸੋ ਡਿਵੀਜ਼ਨ ਕੰਪਲੀਟ ਸਾਡੇ ਕੋ ਇਧਰ ਆ ਗਿਆ 5 ਸੋ ਹੁਣ ਸਾਡੇ ਕੋ ਸੌਰੀ 6 ਟਾਈਮਸ ਆਇਆ ਹੈ ਸੋ ਸਾਡੇ ਕੋ ਜਿਹੜਾ ਇਸ ਦਾ ਡੈਸੀਮਲ ਐਕਸਪੈਂਸ਼ਨ ਆ ਜਾਂਦੀ ਹੈ ਉਹ ਕੀ ਆ ਜਾਂਦੀ ਹੈ 13 ਓਵਰ 3125 ਇਜ਼ ਇਕੁਅਲ ਟੂ 0.00416 ਸੋ ਇਹ ਸਾਡਾ ਜਿਹੜਾ ਇਸ ਦਾ ਆਨਸਰ ਜਿਹੜਾ ਉਹ ਆ ਜਾਂਦਾ ਹੈ ਸੋ ਇਸ ਤੋਂ ਬਾਅਦ ਸਾਡਾ ਸੈਕਿੰਡ ਪਾਰਟ ਆਉਂਦਾ ਹੈ 17 ਓਵਰ 8 ਸੋ ਡਿਵੀਜ਼ਨ ਕਰਦੇ ਆ ਸਾਡੇ ਕੋਲ ਆਏਗਾ 17 8 ਸੋ 8 ਵਨ ਜ਼ਾ 8 8 ਟੂ ਜ਼ਾ 16 ਸੋ 2 ਟਾਈਮਸ ਆਇਆ ਸਾਡੇ ਕੋਲ ਇਹ ਆਗਾ 16 1 ਹੁਣ 1 ਰਿਮੈਂਡਰ ਆ ਗਿਆ 1 ਛੋਟਾ ਹੈ 8 ਤੋਂ ਇੱਥੇ ਅਸੀਂ 0 ਐਡ ਕਰਦੇ ਆ ਸੋ 0 ਇਹਦੇ ਨਾਲ ਲੱਗਦਾ ਹੈ ਸੋ ਇੱਥੇ ਆ ਗਿਆ ਪੁਆਇੰਟ ਸੋ 8 1 ਜ਼ਾ 8 ਸੋ 2 ਫਿਰ 0 ਐਡ ਹੋਇਆ ਸਾਡੇ ਕੋਲ ਸੋ 8 2 ਜ਼ਾ ਫਿਰ 16 ਆ ਗਿਆ ਸਾਡੇ ਕੋਲ ਫਿਰ ਸਾਡੇ ਕੋਲ 4 ਐਂਡ 0 ਐਡ ਫਿਰ 0 ਸੋ 8 5 ਜ਼ਾ 40 8 5 40 ਸੋ ਡਿਵੀਜ਼ਨ ਕੰਪਲੀਟ ਸੋ ਇਹ ਆ ਗਿਆ ਸਾਡੇ ਕੋਲ 17 ਵਟਾ 8 ਦੀ ਜਿਹੜੀ ਸਾਡੇ ਕੋਲ ਡੈਸੀਮਲ ਐਕਸਪੈਂਸ਼ਨ ਜਾਂ ਦਸ਼ਮਲਵ ਪ੍ਰਸਾਰ ਆ ਜਾਂਦਾ ਹੈ ਉਹ ਆਉਂਦਾ ਹੈ 2.125 ਇਹ ਸਾਡਾ ਇਸ ਦਾ ਜਿਹੜਾ ਆਨਸਰ ਹੈ ਉਹ ਆ ਜਾਂਦਾ ਹੈ ਸੋ ਇਹ ਸੀ ਸਾਡਾ ਕੁਐਸਚਨ ਸੈਕਿੰਡ ਦਾ ਫਸਟ ਐਂਡ ਸੈਕਿੰਡ ਪਾਰਟ ਸੋ ਉਮੀਦ ਕਰਦਾ ਹੈ ਕਿ ਤੁਹਾਨੂੰ ਜਿਹੜਾ ਪਾਰਟ ਨੇ ਦੋਵੇਂ ਜਿਹੜੇ ਕਿ ਉਹਨਾਂ ਦੀ ਡਿਵੀਜ਼ਨ ਜਿਹੜੀ ਆ ਉਹ ਕਲੀਅਰ ਹੋ ਗਈ ਹੋਵੇਗੀ ਸੋ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਆਪਣੇ ਕੁਐਸਚਨ ਨੰਬਰ ਇਸ 15 ਓਵਰ 16 ਔਰ ਦੇਖਦੇ ਹਾਂ ਕਿੰਨੇ ਸਾਡੇ ਕੋਲ ਹੁੰਦੇ ਨੇ ਉਸ ਦੇ ਵਿੱਚ ਸੋ ਜੇਕਰ ਵਧੀਆ ਲੱਗਿਆ ਲਾਈਕ ਜ਼ਰੂਰ ਕਰਿਆ ਕਰੋ ਦੂਸਰੇ ਬੱਚਿਆਂ ਨਾਲ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਨਵੀਂ ਨਵੀਆਂ ਵੀਡੀਓਜ਼ ਦੇ ਲਿੰਕ ਜਿਹੜੇ ਨੇ ਉਹ ਫੋਨ ਦੀ ਨੋਟੀਫਿਕੇਸ਼ਨ ਦੇ ਤੁਹਾਨੂੰ ਪ੍ਰਾਪਤ ਹੁੰਦੇ ਰਹਿਣ ਸੋ ਨਾਲ ਇੱਕ ਬੈਲ ਆਈਕਨ ਜ਼ਰੂਰ ਹੁੰਦਾ ਉਸ ਨੂੰ ਜ਼ਰੂਰ ਤੁਸੀਂ ਟੈਪ ਕਰ ਦੇਣਾ ਹੈ ਸੋ ਥੈਂਕ ਯੂ